Yang lupa dengan korban, demi cinta dia.
ਸਭ ਪ੍ਰਾਰਥਨਾ ਦੇ ਵਿੱਚ ਬਣੇ ਰਵਾਂਗੇ। ਸੋ ਸਾਡੇ ਵਿੱਚ ਬਹੁਤ ਹੀ ਆਦਰ ਦੇ ਯੋਗ ਪਾਸਟਰ ਸ਼ਾਮ ਲਾਲ ਜੀ ਸੋ ਅੱਗੇ ਆਉਣਗੇ ਔਰ ਚੱਲਦੇ ਸਮੇਂ ਦੇ ਅੰਦਰ ਪ੍ਰਾਰਥਨਾ ਕਰਨਗੇ। ਸਭ ਪ੍ਰਾਰਥਨਾ ਦੇ ਵਿੱਚ ਬਣੇ ਰਵਾਂਗੇ ਔਰ ਬੇਨਤੀ ਕੀਤੀ ਜਾਂਦੀ ਹੈ ਜਿੰਨੇ ਵੀ ਪ੍ਰੇਮੀ ਜੋ ਜਿਨ੍ਹਾਂ ਨੇ ਭੋਜਨ ਛੱਕ ਲਿਆ ਕਿਰਪਾ ਕਰਕੇ ਪੰਡਾਲ ਦੇ ਵਿੱਚ ਆਈਏ। ਮਹਾਨ ਸਰਵ ਸ਼ਕਤੀਮਾਨ ਜ਼ਮੀਨ ਔਰ ਸਮਾਨ ਦੇ ਖਾਲਿਕ ਔਰ ਮਾਲਿਕ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਿਤਾ ਅੱਜ ਦੇ ਸਮੇਂ ਦੇ ਲਈ ਪਰਮੇਸ਼ਵਰ ਅੱਜ ਦੀ ਮਹਿਮਾ ਦੇ ਲਈ ਖੁਦਾਵਨ ਕਿ ਅਸੀਂ ਖੁਦਾ ਤੇਰੇ ਲੋਕਾਂ ਦੇ ਨਾਲ ਮਿਲ ਕੇ ਪਿਤਾ ਪਰਮੇਸ਼ਵਰ ਤੁਹਾਡੇ ਨਾਂ ਦੀ ਮਹਿਮਾ ਕਰ ਸਕੀਏ। ਅਸੀਂ ਇਸ ਪੰਡਾਲ ਨੂੰ ਪਿਤਾ ਪਰਮੇਸ਼ਵਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਔਰ ਇਸ ਪਿਤਾ ਪਰਮੇਸ਼ਵਰ ਪਿਆਸ ਫਰੈਂਡ ਨੂੰ ਤੁਹਾਡੇ ਬਲਵੰਤ ਹੱਥਾਂ ਵਿੱਚ ਸਮਾਪਨ ਕਰਦੇ ਹਾਂ। ਮੇਰੇ ਪਰਮੇਸ਼ਵਰ ਇਸ ਅਸਥਾਨ ਨੂੰ ਤੁਹਾਡਾ ਮਸਾ ਘੇਰੇ, ਤੁਹਾਡਾ ਪਵਿੱਤਰ ਆਤਮਾ ਘੇਰੇ ਖੁਦਾਵਨ, ਔਰ ਤੁਹਾਡਾ ਆਤਮਾ ਤੁਹਾਡੇ ਲੋਕਾਂ ਦੀ ਅਗਵਾਈ ਕਰੇ ਮੇਰੇ ਪਰਮੇਸ਼ਵਰ ਖੁਦਾਵਨ। ਤੁਹਾਡੇ ਸੱਤ ਜਨ ਨੂੰ ਤੁਹਾਡੇ ਬਲਵੰਤ ਹੱਥਾਂ ਵਿੱਚ ਸਮਾਪਨ ਕਰਦੇ ਹਾਂ ਪਿਤਾ ਪਰਮੇਸ਼ਵਰ ਖੁਦਾਵਨ। ਇੱਕ ਇੱਕ ਦੀ ਪ੍ਰਾਰਥਨਾ ਅੱਜ ਸਵਰਗਾਂ ਨੂੰ ਪਿਤਾ ਪਰਮੇਸ਼ਵਰ ਖੋਲਣ ਵਾਲੀ ਹੋਵੇ ਮੇਰੇ ਖੁਦਾ, ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਰਮੇਸ਼ਵਰ। ਅੱਜ ਹਰ ਇੱਕ ਦੀ ਪ੍ਰਾਰਥਨਾ ਇੱਕ ਦੂਸਰੇ ਦੀ ਬਦੋਤਰੀ ਦਾ ਕਾਰਨ ਠਹਿਰੇ ਪਿਤਾ, ਅਸੀਂ ਪ੍ਰਾਰਥਨਾ ਕਰਦੇ ਹਾਂ ਮੇਰੇ ਖੁਦਾਵਨ। ਅੱਜ ਦਾ ਕਲਾਮ ਪਿਤਾ ਪਰਮੇਸ਼ਵਰ, ਅੱਜ ਦੇ ਭਜਨ, ਅੱਜ ਦੀਆਂ ਦਾਸਾਂ ਬੇਨਤੀਆਂ ਖੁਦਾਵਨ ਸਭ ਤੁਹਾਨੂੰ ਪਿਤਾ ਪਰਮੇਸ਼ਵਰ ਸਵਰਗੀ ਰਾਜ ਦੇ ਵਿੱਚ ਕਬੂਲ ਹੋਣ, ਔਰ ਜੋ ਕੋਈ ਇਨਸਾਨ ਦੁਖੀ ਲਾਚਾਰ ਪਿਤਾ ਪਰਮੇਸ਼ਵਰ ਦੁੱਖ ਦਾ ਮਾਰਿਆ ਹੋਇਆ ਹੈ, ਯਿਸੂ ਦੇ ਨਾਂ ਦੇ ਵਿੱਚ ਪਿਤਾ ਪਰਮੇਸ਼ਵਰ ਵੱਡਾ ਆਨੰਦ ਲੈ ਕੇ ਜਾਏ ਅਸੀਂ ਇਬਾਦਤ ਦੇ ਵਿੱਚ ਮੇਰੇ ਪ੍ਰਭੂ ਪਰਮੇਸ਼ਵਰ। ਅਸੀਂ ਬਾਕੀ ਦਾ ਸਮਾਂ ਤੁਹਾਡੇ ਤੱਕ ਸਮਾਪਨ ਕਰਦੇ ਹਾਂ, ਸਾਡੀ ਦੁਆ ਨੂੰ ਸੁਣੋ, ਕਬੂਲ ਕਰੋ, ਯਿਸੂ ਦੇ ਨਾਂ 'ਚ ਮੰਗਦੇ ਹਾਂ, ਆਮੇਨ।
स्वागत करते हैं जिन्हिया भी प्रभु दासियां इतने पहुंचिया से उन्होंने स्वागत करते हैं। सो पास्टर जगा जी जगा मसीह सो प्रभु की महिमा लिए भजन गाउण गए वह भी मखू तो हैं। कितनी मेहनत करके भैन भरा एक एक के घर में जाके दुआ करके फिर एंड के उत्ते की करते हैं जो वे इदा के सम्मेलन कराते सारे भैन भरा फिर उस जगह पर इकट्ठे होते हैं। बिल्कुल बोला कि बड़े आदर के योग है खुदा दे दास ओ बड़े सोने लगते ने यसु दे दास प्यारे जी बड़े सोने लगते ने Oh,
ਉਠਾ ਕੇ ਸਾਰੇ ਜ਼ੋਰ ਦੇ ਨਾਲ ਬੋਲਾਂਗੇ ਕਿਉਂਕਿ ਪਰਮੇਸ਼ੁਰ ਦੀ ਹਜ਼ੂਰੀ ਹੈ ਦੇ ਵਿੱਚ ਬੈਠੇ ਹੋ ਤੁਸੀਂ ਸਾਰੇ ਪਰਮੇਸ਼ੁਰ ਮੌਜੂਦ ਹੈ ਇੱਥੇ ਸਾਰੇ ਹੱਥ ਉਠਾ ਕੇ ਬੋਲਾਂਗੇ ਹਾਲੇਲੂਯਾ ਹਾਲੇਲੂਯਾ ਆਓ ਪ੍ਰਭੂ ਦੀ ਮਹਿਮਾ ਲਈ ਇੱਕ ਭਜਨ ਬੋਲਾਂਗੇ ਸਾਰੇ ਮਿਲ ਕੇ ਯਿਸੂ ਜੀ ਤੇਰੇ ਵਚਨਾਂ ਦੀ ਕੈਸੀ ਮਹਿਕ ਅਨੋਖੀ ਹੈ ਪਰਮੇਸ਼ੁਰ ਦੇ ਵਚਨਾਂ ਦੀ ਜਿਹੜੀ ਮਹਿਕ ਅਨੋਖੀ ਹੁੰਦੀ ਆ ਇਹ ਸਾਰੇ ਜਾਣਦੇ ਹੋ ਤੁਸੀਂ ਆਓ ਸਾਰੇ ਮਿਲ ਕੇ ਮੇਰੇ ਨਾਲ ਬੋਲੋ ਤਾਰੀਫ ਯਿਸੂ ਜੀ ਤੇਰੇ ਵਚਨਾਂ ਦੀ ਕੈਸੀ ਮਹਿਕ ਉਹਨਾਂ ਦੀ ਮਹਿਕ ਜਿਹੜੀ ਅਨੋਖੀ ਹੁੰਦੀ ਹੈ ਇਹ ਸਾਰੇ ਲੋਕ ਜਾਣਦੇ ਨੇ ਖਾਸ ਕਰਕੇ ਜਿਹੜੇ ਪਰਮੇਸ਼ੁਰ ਦੇ ਦਾਸ ਨੇ ਉਹ ਇਹਨਾਂ ਵਚਨਾਂ ਨੂੰ ਦੇ ਅਨੁਸਾਰ ਚੱਲ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਔਰ ਲੋਕਾਂ ਨੂੰ ਦੱਸਦੇ ਨੇ ਕਿ ਪਰਮੇਸ਼ੁਰ ਦੇ ਵਚਨ ਦੇ ਅਨੁਸਾਰ ਚੱਲੋ ਆਓ ਸਾਰੇ ਕਰੋ ਯਿਸੂ ਜੀ ਤੇਰੇ ਵਚਨਾਂ ਦੀ ਕੈਸੀ ਮਹਿਕ ਅਨੋਖੀ ਮਾਂ ਗੁਲਾਬ ਦੇ ਖਿਲ ਜਾਂਦੇ ਗੁਲਾਬ ਦੇ ਖਿਲ ਜਾਂਦੇ ਜੋ ਪੜਦੇ ਪੋਥੀ ਪਾਣੀ ਦਾ ਚੜ ਜਾਂਦਾ ਦਿਨ ਰਾਤੀ ਨਹੀਂ ਸੌਂਦੇ ਦਿਨ ਰਾਤੀ ਨਹੀਂ ਸੌਂਦੇ ਸਾ ਪਾਣੀ ਦਾ ਚੜ ਜਾਂਦਾ ਦਿਨ ਰਾਤੀ ਨਹੀਂ ਸੌਂਦੇ ਦਿਨ ਰਾਤੀ ਨਹੀਂ ਸੌਂਦੇ ਸਾ ਪਾਣੀ ਦਾ ਚੜ ਜਾਂਦਾ ਦਿਨ ਰਾਤੀ ਨਹੀਂ ਸੌਂਦੇ ਦਿਨ ਰਾਤੀ ਨਹੀਂ ਸੌਂਦੇ ਵਾਂਗੂ
इस वचन दी महक नाल तां पाप दा नाश हो जावे, पाप दा नाश हो जावे। इस वचन दी महक नाल तां पाप दा नाश हो जावे, पाप दा नाश हो जावे। इस वचन दी महक नाल तां पाप दा नाश हो जावे, पाप दा नाश हो जावे। प्रकाश अरली पनिया गीता विच समझावे, ओ गीता विच समझावे। प्रकाश अरली पनिया प्रकाश अरली पनिया गीता विच समझावे, ओ गीता विच समझावे। ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਹਸੀਨ ਸਮੇਂ ਲਈ ਜੋ ਸਾਨੂੰ ਸਭਨਾਂ ਨੂੰ ਬਖਸ਼ ਦਿੱਤਾ, ਜਿਉਂਦਿਆਂ ਦੀ ਧਰਤੀ ਉੱਤੇ ਸਾਨੂੰ ਸਭਨਾਂ ਨੂੰ ਜਿਉਂਦੇ ਰੱਖਿਆ, ਔਰ ਆਪਣੀ ਆਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਨੂੰ ਸਾਰਿਆਂ ਨੂੰ ਜਗ੍ਹਾ ਬਜਗ੍ਹਾ ਤੋਂ ਇਸ ਜਗ੍ਹਾ 'ਤੇ ਇਕੱਠੇ ਕੀਤਾ। ਧੰਨਵਾਦ ਕਰਦੇ ਹਾਂ ਜਿੰਨੇ ਵੀ ਤੇਰੇ ਦਾਸ ਦਾਸੀਆਂ ਤੇਰੇ ਬੱਚੇ ਇਸ ਹਜ਼ੂਰੀ ਵਿੱਚ ਆਏ, ਪਿਤਾ ਜੀ ਇਸ ਹਜ਼ੂਰੀ ਵਿੱਚੋਂ ਆਨੰਦ ਪਾ ਕੇ ਜਾਣ, ਔਰ ਕਿਉਂਕਿ ਤੇਰੀ ਬਾਣੀ ਦਾ ਫਰਮਾਨ ਹੈ ਪਰਮੇਸ਼ਰ ਦੇ ਹਜ਼ੂਰ ਵਿੱਚ ਆਨੰਦ ਦੀ ਭਰਪੂਰੀ ਹੈ ਅਤੇ ਉਹਦੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ। ਪਿਤਾ ਸਭ ਜਨ ਆਨੰਦ ਦੀ ਭਰਪੂਰੀ ਤੇ ਖੁਸ਼ੀਆਂ ਨੂੰ ਪ੍ਰਾਪਤ ਕਰਕੇ ਜਾਣ, ਔਰ ਵਚਨ ਦੇ ਦੁਆਰਾ ਪਿਤਾ ਜੀ ਸਭ ਜਨ ਔਰ ਪਾਪਾਂ ਤੋਂ ਮਾਫੀ ਪਾ ਕੇ ਜਾਣ, ਔਰ ਤੇਰੀ ਕਿਰਪਾ ਨੂੰ ਪਾਉਣ, ਔਰ ਬਹੁਤ ਸਾਰੇ ਲੋਕ ਵਚਨ ਸੁਣ ਕੇ ਤੋਬਾ ਕਰਨ ਔਰ ਤੇਰੀ ਵੱਲ ਮੁੜ। ਆਉਣ ਵਾਲਾ ਸਮਾਂ ਭਲੇ ਦਾ ਹੋਵੇ, ਜਿਸ ਤੇਰੇ ਦਾਸ ਦੇ ਦੁਆਰਾ ਵਚਨ ਪ੍ਰਚਾਰ ਹੋਣਾ ਤੇਰੇ ਦਾਸ ਨੂੰ ਤੇਰੇ ਜ਼ਖਮੀ ਹੱਥਾਂ ਵਿੱਚ ਦਿੰਦੇ ਪਿਤਾ ਜੀ, ਔਰ ਆਪਣੀ ਕਿਰਪਾ ਦੇ ਦੁਆਰਾ ਚਲਾਓ। ਦਇਆ ਕਰੋ, ਪ੍ਰਭੂ ਯੇਸ਼ੂ ਮਸੀਹ ਦੇ ਪਵਿੱਤਰ ਨਾਮ 'ਚ ਮੰਗਦੇ ਹਾਂ। ਯੇਸ਼ੂ ਮਿੱਤਰ ਆਤਮਾ ਜੀ ਧੰਨਵਾਦ ਕਰਦੇ ਹਾਂ, ਤ੍ਰਿਏ ਇੱਕ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਅੱਛੇ ਸਮੇਂ ਲਈ ਪ੍ਰਭੂ, ਅੱਛੇ ਮੌਸਮ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅੱਜ ਪ੍ਰਭੂ ਜੀ ਜਦ 35ਵੀਂ ਵਰੇ ਗੰਢ ਮਨਾਈ ਜਾ ਰਹੀ, ਪ੍ਰਭੂ ਪਰਮੇਸ਼ਵਰ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਵਰੀ ਦੇਣਾ ਪ੍ਰਭੂ, ਜਦ ਤੱਕ ਧਰਤੀ ਦੇ ਤੁਹਾਡੇ ਨਾਮ ਦੀ ਮਹਿਮਾ ਸਤੁਤੀ ਕਰਦੇ ਰਹਿਣ ਪ੍ਰਭੂ ਪਰਮੇਸ਼ਵਰ। ਹੋਰ ਵੀ ਆਪਣੇ ਸੰਤਾਂ ਸੇਵਕਾਂ ਨੂੰ ਪ੍ਰਭੂ ਜੀ ਔਰ ਉਤਾਦ ਦੇ ਨਾਲ ਇਸਤੇਮਾਲ ਕਰਨਾ ਪ੍ਰਭੂ, ਕੋਨੇ ਕੋਨੇ ਦੇ ਉੱਪਰ ਲੈ ਕੇ ਜਾਣਾ ਤਾਂ ਕਿ ਪ੍ਰਭੂ ਜੀ ਤੁਹਾਡੀ ਬਾਣੀ ਪ੍ਰਭੂ ਜੀ ਹਰ ਸਵਾਨ ਦੇ ਵਿੱਚ, ਹਰ ਇੱਕ ਦਿਲ ਦੇ ਵਿੱਚ, ਹਰ ਇੱਕ ਕੰਨਾਂ ਦੇ ਵਿੱਚ ਪਹੁੰਚਾ। ਧੰਨਵਾਦ ਕਰਦੇ ਆਈਆਂ ਸੰਗਤਾਂ ਲਈ, ਤੁਸੀਂ ਲੈ ਕੇ ਆਏ ਧੰਨਵਾਦ ਕਰਦੇ, ਜੋ ਰਸਤਿਆਂ ਵਿੱਚ ਆ ਰਹੇ ਉਹਨਾਂ ਨੂੰ ਲੈ ਕੇ ਆਓ ਪ੍ਰਭੂ, ਹਰ ਰੁਕਾਵਟ ਹਰ ਪਰੇਸ਼ਾਨੀ ਖੁਦਾ ਯੇਸ਼ੂ ਮਸੀਹ ਦੇ ਸਾਮਰਥੀ ਨਾਮ ਦੂਰ।
और सब नु लेके प्रभु वाणी च लिखा भाई रल मिलके वसल रल मिलके असीं महिमा कर सकीए प्रभु परमेश्वर और भी इसे पिंड ब्यास पिंड तो प्रभु जी और भी अपनी संगतां नु लेके आवो और लागे लागे पिंडां तो लेके आवे हे मेरे स्वर्गीय पिता जो तुसी आप स्वर्ग दे विच मेरे पिता परमेश्वर मेरे खुदावंद धन्नवाद करदा इन सुहासा दा पिता परमेश्वर जो तुसी सानू हुण तक संभाल के रखा मेरे पिता परमेश्वर मेरे पिता जीओ इस मीटिंग दे विच खुदावंद जितने भी प्रमाण मेरे पिता परमेश्वर आशीष ते बरकत पाके जान मेरे पिता परमेश्वर मेरे खुदावंद आराधना दे रहे वचन दे रहे मेरे पिता परमेश्वर तू आनंदित भरपूरी देने वाला मेरे पिता परमेश्वर जमीन आसमान दा तू मालिक है मेरे पिता परमेश्वर जीवित परमेश्वर मेरे खुदावंद खुशियां दे मेरे पिता परमेश्वर जिन्हें भी आए मेरे पिता परमेश्वर इन सबना नु आशीष ते बरकत दे पिता परमेश्वर जो पिता जी इस दिन आ रहे मेरे खुदावंद उन्हां दी मदद ते सहायता करी मेरे पिता परमेश्वर मेरे पिता जी वो भी हम जो इस धरती ते अज दा दिन नहीं देख रहे मेरे पिता परमेश्वर वो मेरे खुदावंद तू रहम दा पानी है मेरे खुदावंद तू बरकत दा पानी मेरे पिता परमेश्वर तेरा रहम ते फजल खुदावंद बने रहे मेरे पिता परमेश्वर तेरा मैं धन्यवाद करता मेरे पिता परमेश्वर जमीन और आसमान दा तू मालिक रचनहार मेरे पिता परमेश्वर मैं आशीष ते बरकतां सब ना दे मन मंगदा पिता परमेश्वर छोटे बच्चे तो लेके बुढ़िया तक मेरे पिता परमेश्वर बहार काट मेरे पिता परमेश्वर अपने वचन दे मेरे पिता परमेश्वर खुशियां दे मेरे पिता परमेश्वर अज दा दिन कदा बंदा भरिया 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 रे तेरे पिता तेरे चरणा च कदा बंदा जा जियो धरती दे आकाश नु रचनहार मेरे पिता परमेश्वर खुशियां मंगदा मेरे पिता परमेश्वर तू सर्वदा भला करे मेरे पिता परमेश्वर ये छोटी दुआ ने सुनिया कबूल किया सारी चंगाई सारी भलाई जीवन परमेश्वर के नाम च मंगदे हां आमीन परमेश्वर जी का उद्धार कर जलाली नाम से तारीफ करते परमेश्वर इस मीटिंग के लिए परमेश्वर जी का प्रभु जगह जगह से प्रभु आपने हम सबको इकट्ठे किए इसके लिए धन्यवाद करते परमेश्वर सचमुच पिता परमेश्वर ने यीशु मसीह के सामर्थ्य नाम से इनवाइट किया है हमें सबको हालेलुया जलाली परमेश्वर जी का संत जी ने हर साल परमेश्वर इस मीटिंग प्रभु ब्यास पिंड में रखते मेरे प्रभु जलाली परमेश्वर अपने दासन हर भाषा करो प्रभु आई हुए दास के लिए दासिया के लिए सारी संगत के लिए प्रभु आज इस मीटिंग के द्वारा प्रभु सारे लोग आशीष से बरकत दो कोई भी खाली ना जाए प्रभु दुखी बीमारी लाचार जो भी है परमेश्वर आज छूट कर पाके जाए मेरे प्रभु आई सचमुच खुदावंद सिंहासन में बैठे हैं परमेश्वर पिता आपके दास के लिए आपकी दासिया के लिए और लीड करने वाले के लिए परमेश्वर बरसीस गाने वाले के परमेश्वर पिता आपके जरबर हाथों में देते हैं प्रभु आपकी बड़ी बेधारी इस जगह में उतरे मेरे परमेश्वर सेनाओं का यहोवा उद्धार करते यीशु मसीह जी के सामर्थ्य नाम से जगह जगह से खुदा के लोग आए हैं प्रभु आज कोई खाली ना जाए मेरे स्वामी सचमुच खुदावन उन्होंने बड़ी बरकत और आशीष तो आज के वचन हो गए आपके और से हो गए खुदावन ताकि वचन ये की हृदय में परमेश्वर पिता ये वचन बेधारी तरह उतरे मेरे परमेश्वर बेधारी बन गए दुनिया के कोने कोने में पहुंचा सके मेरे प्रभु ब्यास पिंड में तेरी आशीष हो मेरे खुदावन दयालु प्रभु दया करो कृपा करो जो रास्ते में आ रहे उनको समान सही सलामत लेके आओ मेरे खुदावन दया करो परमेश्वर कृपा करो विनती सुनो कबूल करो यीशु मसीह की सामर्थ्य जला लेना से आमीन हालेलुया सागर खून मसीहा दा
दशा छिड़ाओ केंद्र खून मसीहा दा नशा छिड़ाओ केंद्र खून मसीहा दा ओ नशियां वाले ओ जवानों Thank you.